ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਿੰਦੀ ਵਿੱਚ ਵਲੌਗ ਬਣਾਉਂਦੇ ਆ ਜਿਹੜਾ ਕਿ ਸਾਡਾ ਲਾਈਫ ਦੇ ਰਿਲੇਟਡ ਹੈ ਜਿੱਦਾਂ ਅਸੀਂ ਕਿਤੇ ਵੀ ਘੁੰਮਣ ਜਾਂਦੇ ਆ ਤਾਂ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਾਡੀ ਨਿਊਜ਼ੀਲੈਂਡ ਦੀ ਲਾਈਫ ਕਿੱਦਾਂ ਚੱਲ ਰਹੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੀ ਬਟ ਅੱਜ ਅਸੀਂ ਕੋਈ ਵੀ ਵਲੌਗ ਨਹੀਂ ਬਣਾ ਰਹੇ ਅੱਜ ਅਸੀਂ ਇੱਕ ਸਪੈਸ਼ਲ ਵੀਡੀਓ ਲੈ ਕੇ ਹਾਜ਼ਰ ਆ ਤੁਹਾਡੇ ਲਈ ਇਹ ਵੀਡੀਓ ਸਪੈਸ਼ਲ ਤੌਰ ਤੇ ਅਸੀਂ ਬਣਾ ਰਹੇ ਹਾਂ ਕਿਉਂਕਿ ਅਸੀਂ ਘਰੇ ਬੈਠੇ ਸੀ ਤਾਂ ਸਾਨੂੰ ਸੀ YouTube ਖੋਲੀ ਤਾਂ ਦੇਖਿਆ YouTube ਦੇ ਉੱਤੇ ਸੋਸ਼ਲ ਮੀਡੀਆ ਤੇ ਐਕਚੁਅਲੀ ਇੱਕ ਮੁੱਦਾ ਬਹੁਤ ਗਰਮਾਇਆ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਦਿਲਪ੍ਰੀਤ ਢਲੋਂ ਤੇ ਅੰਬਰ ਥਾਲੀਵਾਲ ਦਾ ਤਾਂ ਸਾਰੇ ਲੋਕ ਆਪਣੇ ਆਪਣੇ ਕਮੈਂਟ ਦੇ ਮਤਲਬ ਕਮੈਂਟ ਕਰ ਰਹੇ ਨੇ ਹਰ ਵੀਡੀਓ ਦੇ ਥੱਲੇ ਜੋ ਵੀ ਕੋਈ ਵੀ ਪਾਉਂਦਾ ਲੋਕ ਉਥੇ ਮੰਦਾ ਚੰਗਾ ਬੋਲੀ ਜਾਂਦੇ ਆ ਤਾਂ ਅਸੀਂ ਸਿਰਫ ਸਾਡਾ ਮਕਸਦ ਸਿਰਫ ਇਹ ਆਈ ਵੀਡੀਓ ਬਣਾਉਣ ਦਾ ਕਿ ਅਸੀਂ ਆਪਦੀ ਸੋਚ ਮੁਤਾਬਕ ਅਸੀਂ ਆਪ ਦਾ ਜੋ ਵੀ ਸਾਡੀ ਸੋਚ ਸੀ ਉਹ ਅਸੀਂ ਪੇਸ਼ ਕਰਨਾ ਚਾਹ ਰਹੇ ਸੀਗੇ ਤਾਂ ਸਾਨੂੰ ਬਹੁਤ ਬੁਰਾ ਲੱਗ ਰਿਹਾ ਸੀਗਾ ਕਿ ਉਹ ਜੋ ਵੀ ਹੋ ਰਿਹਾ ਦਲਪ੍ਰੀਤ ਅੰਬਰ ਦੇ ਵਿੱਚ ਇੱਕ ਬਹੁਤ ਮਾੜਾ ਟਾਈਮ ਚੱਲ ਰਿਹਾ ਉਹਨਾਂ ਦਾ ਤਾਂ ਲੋਕ ਉਸ ਚੀਜ਼ ਦਾ ਮਜ਼ਾ ਲੈ ਰਹੇ ਨੇ ਤਾ ਇਸ ਲਈ ਸਿਰਫ ਅਸੀਂ ਆ ਵੀਡੀਓ ਬਣਾ ਕੇ ਇੱਕ ਮੈਸੇਜ ਦੇਣਾ ਚਾ ਰਹੇ ਹਾਂ ਅਸੀਂ ਇਸ ਵੀਡੀਓ ਨਾਲ ਕਿਸੇ ਨੂੰ ਵੀ ਸਪੋਰਟ ਨਹੀਂ ਕਰ ਰਹੇ ਨਾ ਤਾਂ ਅਸੀਂ ਅੰਬਰ ਨੂੰ ਸਪੋਰਟ ਕਰ ਰਹੇ ਹਾਂ ਤੇ ਨਾ ਹੀ ਅਸੀਂ ਦਿਲਪ੍ਰੀਤ ਨੂੰ ਬਟ ਅਸੀਂ ਤਾਂ ਆਪਣਾ ਸਿਰਫ ਪੁਆਇੰਟ ਆਫ View ਦੱਸ ਰਹੇ ਹਾਂ ਜੇ ਤੁਹਾਨੂੰ ਸਾਡਾ ਇਹ ਪੁਆਇੰਟ ਆਫ View ਅੱਛਾ ਲੱਗਿਆ ਤਾਂ ਪਲੀਜ਼ ਸਾਡੀ ਇਹ ਵੀਡੀਓ ਨੂੰ ਅੰਬਰ ਅਤੇ ਦਿਲਪ੍ਰੀਤ ਤੱਕ ਜ਼ਰੂਰ ਪਹੁੰਚਾਓ ਸੋ ਬਿਕੋਜ਼ ਅਸੀਂ YouTube ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਹੇ ਸੀਗੇ ਜੋ ਕਿ ਅਪਲੋਡ ਕੀਤੀ ਗਈ ਸੀਗੀ ਦਿਲਪ੍ਰੀਤ ਵੱਲੋਂ ਵੀ ਤੇ ਅੰਬਰ ਵੱਲੋਂ ਵੀ ਤੇ ਹੋਰ ਬਹੁਤ ਸਾਰੇ ਕਲਾਕਾਰਜ਼ ਵੱਲੋਂ ਬਾਣੀ ਸੰਦੂ ਸਾਰੇ ਆਪਣੇ ਆਪਣੇ ਪੁਆਇੰਟ ਆਫ 뷰ਸ ਦਾਸ ਰਹੇ ਸੀ ਤੇ ਉਸ ਦੇ ਨੀਚੇ ਬਹੁਤ ਗੰਦੇ ਕਮੈਂਟਸ ਕੀਤੇ ਗਏ ਲੱਗ ਦਿਲਪ੍ਰੀਤ ਨੂੰ ਵੀ ਗਾਲਾਂ ਕੱਢੀਆਂ ਜਾ ਰਹੀਆਂ ਅੰਬਰ ਨੂੰ ਵੀ ਮਾੜਾ ਚੰਗਾ ਬੋਲਿਆ ਜਾ ਰਿਹਾ ਪਰ ਅ ਅਸੀਂ ਇਹ ਸੋਚਦੇ ਹਾਂ ਜੀ ਜੇ ਤੁਸੀਂ ਆਪਦੀ ਲਾਈਫ ਸੋਸ਼ਲ ਮੀਡੀਆ ਤੇ ਲੈ ਕੇ ਆਉਂਗੇ ਤਾਂ ਕੁਝ ਵੀ ਸੋਲਜਣ ਵਾਲਾ ਨਹੀਂ ਆ ਤੁਸੀਂ ਆਪਣੀ ਜੋ ਵੀ ਤੁਹਾਡੀ ਗੱਲਬਾਤ ਹੈ ਤੁਸੀਂ ਆਪਣੇ ਪਰਿਵਾਰਾਂ ਨਾਲ ਰਲ ਕੇ ਬਹਿ ਕੇ ਸਲਝਾਓ ਰੈਦਰ ਦੈਨ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣ ਲਈ ਅ ਸੋਸ਼ਲ ਮੀਡੀਆ ਤੇ ਲੈ ਕੇ ਆਉਂਗੇ ਤਾਂ ਹੋਰ ਪ੍ਰੋਬਲਮਸ ਕ੍ਰੀਏਟ ਹੋਣਗੀਆਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਕਿਸੇ ਨੂੰ ਸਫਾਈ ਦੇਣ ਦੀ ਜ਼ਰੂਰਤ ਨਹੀਂ ਆ ਤੁਸੀਂ ਆਪਣੇ ਆਪ ਜੋ ਕਰਨਾ ਆਪਦਾ ਸੋਚ ਕੇ ਡਿਸੀਜਨ ਲੈ ਕੇ ਤੁਸੀਂ ਰਹਿਣਾ ਇੱਕ ਦੂਜੇ ਨਾਲ ਨਹੀਂ ਰਹਿਣਾ ਉਹ ਤੁਹਾਡੀ ਪਰਸਨਲ ਡਿਸੀਜਨ ਹੋਊਗਾ ਤੇ ਕਿਸੇ ਨੂੰ ਵੀ ਇਹਨਾਂ ਦੇ ਵਿੱਚ ਬੋਲਣ ਦਾ ਹੱਕ ਨਹੀਂ ਆ ਸੋ ਸਾਰੇ ਜੋ ਵੀ ਕਮੈਂਟ ਦੇ ਵਿੱਚ ਬੋਲਦੇ ਆ ਪਲੀਜ਼ ਪਲੀਜ਼ ਤੁਸੀਂ ਆਪਣਾ ਜਿਹੜੇ ਆਪਣਾ ਦਿਮਾਗ ਚਲਾ ਰਹੇ ਹੋ ਉਹ ਨਾ ਚਲਾਓ ਤੇ ਪਲੀਜ਼ ਇਹਨਾਂ ਉੱਤੇ ਕੋਈ ਵੀ ਗਲਤ ਕਮੈਂਟ ਨਾ ਕਰੋ ਤੁਹਾਡੇ ਗਲਤ ਕਮੈਂਟ ਇੱਕ ਗਲਤ ਕਮੈਂਟ ਨਾਲ ਇਹਨਾਂ ਦਾ ਰਿਸ਼ਤਾ ਵੀ ਟੁੱਟ ਸਕਦਾ ਜੇ ਤੁਸੀਂ ਕਿਸੇ ਦਾ ਘਰ ਬਸਾ ਨਹੀਂ ਨਾ ਸਕਦੇ ਤਾਂ ਪਲੀਜ਼ ਕਿਸੇ ਦਾ ਘਰ ਬਰਬਾਦ ਨਾ ਕਰੋ ਹਾਂ ਜਿਵੇਂ ਕਿ ਕਹਿੰਦੇ ਹੁੰਦੇ ਆ ਕਿ ਜੇ ਕਿਸੇ ਦੇ ਘਰੇ ਅੱਗ ਲੱਗੀ ਆ ਤਾਂ ਇਹ ਨਾ ਸੋਚੋ ਕਿ ਉਹ ਕਿਸੇ ਦੇ ਲੱਗੀ ਆ ਉਹ ਅੱਗ ਤੁਹਾਡੇ ਵੀ ਆ ਸਕਦੀ ਆ ਸੋ ਇਹ ਕਿਸੇ ਨਾ ਵੀ ਹੋ ਸਕਦਾ ਇਹ ਲੜਾਈਆਂ ਝਗੜੇ ਸਾਡੇ 'ਚ ਵੀ ਹੁੰਦੇ ਆ ਅਸੀਂ ਲਾਈਕ ਆਪਦੇ ਮੰਮੀ ਡੈਡੀ ਵੀ ਯੂ ਨੋ ਲੜਦੇ ਦੇਖੇ ਆ ਜਾਂ ਯੂ ਨੋ ਇੱਕ ਦੂਜੇ ਨਾਲ ਬੋਲ ਬਲਾ ਕਰ ਲੈਂਦੇ ਆ ਤਾਂ ਇਹ ਇਹ ਹਰ ਘਰ ਦੀ ਗੱਲ ਆ ਇਹ ਤਾਂ ਵੀ ਹਸਬੰਡ ਵਾਈਫ ਤਾਂ ਲੜਦੇ ਹੀ ਆ ਬਟ ਉਹਨੂੰ ਇਹ ਗੱਲ ਹੈ ਕਿ ਉਹਨੂੰ سوشل میڈیا ਤੇ ਕਦੇ ਨਹੀਂ ਲੈ ਕੇ ਜਾਓ سوشل میڈیا ਕਦੇ ਵੀ ਤੁਹਾਡਾ ਘਰ ਨਹੀਂ ਵਿਸਾਊਗੀ ਉਹਨਾਂ ਨੂੰ ਇੱਕ ਮਸਾਲਾ ਚਾਹੀਦਾ ਹੁੰਦਾ ਜਿਹੜਾ ਕਿ ਤੁਹਾਡਾ ਕੋਈ ਵੀ ਖਬਰ ਚੱਕ ਕੇ ਉਹ ਮਸਾਲਾ ਬਣਾ ਦਿੰਦੇ ਆ ਉਹਨਾਂ ਨੂੰ ਤੁਹਾਡੇ ਰਿਸ਼ਤੇ ਨਾਲ ਕੋਈ ਮਤਲਬ ਨਹੀਂ ਹੁੰਦਾਗਾ ਉੱਤੇ ਪਤਾ ਨਹੀਂ ਕਿਦਾਂ ਕਿਦਾਂ ਦਾ ਲਿਖ ਕੇ ਪਾਉਂਦੇ ਆ ਲੋਕ ਕਿ ਜਲਪ੍ਰੀਤ ਢਿੱਲੋਂ ਦਾ ਸੱਚ ਆਇਆ ਸਾਹਮਣੇ ਅੰਬਰ ਰੋ ਰੋ ਕੇ ਕਰ ਰਹੀ ਆ ਬਿਆਨ ਇਟਸ ਲਾਈਕ ਕਿ ਅਰ ਤੁਸੀਂ ਰਿਪੋਰਟਰਾਂ ਨੂੰ ਸਿਰਫ ਤੇ ਸਿਰਫ ਇੱਕ ਆਪਣਾ ਆ ਪੈਸੇ ਬਣਾਉਣ ਲਈ ਇੱਕ ਜਾਂ ਵਿਊਜ਼ ਲੈਣ ਲਈ ਇੱਕ ਮੁੱਦਾ ਚਾਹੀਦਾ ਹੁੰਦਾ ਜੋ ਕਿ ਆਪਾਂ ਖੁਦ ਉਹਨਾਂ ਨੂੰ ਮੁੱਦਾ ਦੇ ਦਿੰਨੇ ਆ ਸੋ ਸਾਡੀ ਇਹੀ ਹੱਥ ਜੋੜ ਕੇ ਦਲਪ੍ਰੀਤ ਨੂੰ ਤੇ ਅੰਬਰ ਨੂੰ ਜਾਂ ਉਹਨਾਂ ਦੇ ਮੰਮਾ ਨੂੰ ਜਾਂ ਉਹਨਾਂ ਦੀ ਸਾਰੀ ਫੈਮਿਲੀ ਨੂੰ ਇਹ ਰਿਕਵੈਸਟ ਹੈ ਆ ਪਲੀਜ਼ ਸੋਸ਼ਲ ਮੀਡੀਆ ਨੂੰ ਵਿੱਚ ਨਾ ਲਿਆਓ ਆਪਸ ਦੇ ਵਿੱਚ ਟਰਾਈ ਕਰੋ ਕਿ ਤੁਸੀਂ ਜੋ ਵੀ ਤੁਹਾਡਾ ਤੁਹਾਡੀ ਪ੍ਰੋਬਲਮ ਆ ਉਸਨੂੰ ਝਾ ਲਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਤੋਂ 2-3 2 ਸਾਲ ਖਣਿ ਸਾਲ ਪਹਿਲਾਂ ਇੱਕ ਖਬਰ ਆਈ ਸੀਗੀ ਫਤਿਹ ਨੂੰ ਲੈ ਕੇ ਕਿ ਉਹ ਬੋਰਵੈਲ 'ਚ ਡਿੱਗ ਪਿਆ ਤੇ ਉਹ ਖਬਰ ਸਿਰਫ 10-15 ਦਿਨ ਖਣੀ ਮਹੀਨਾ ਚੱਲੀ ਹੋਊਗੀ ਉਦੋਂ ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸਰਕਾਰਾਂ ਨੂੰ ਕੱਢੀਆਂ ਬਈ ਸਰਸੇ ਵਾਲਿਆਂ ਨੂੰ ਕੱਢੀਆਂ ਬਹੁਤ ਲੋਕਾਂ ਨੇ 10-15 ਦਿਨ ਸੋਸ਼ਲ ਮੀਡੀਆ ਤੇ ਰਹੇ ਵੀ ਹਾਂ ਅਸੀਂ ਰਖਵਾਲੇ ਆ ਪੰਜਾਬ ਦੇ ਪਰ ਉਦੋਂ ਬਾਅਦ 15 ਦਿਨਾਂ ਬਾਅਦ ਕਿਸੇ ਨੇ ਨਾ ਤਾਂ ਜਾ ਕੇ ਫਤੇ ਦੀ ਫੈਮਲੀ ਨੂੰ ਪੁੱਛਿਆ ਨਾ ਕਿਸੇ ਨੇ ਕੋਈ ਵੀ ਮਦਦ ਕਰਨ ਲਈ ਅੱਗੇ ਆਇਆ ਵੈਸੇ ਵੀ ਉਹ ਵਧੀਆ ਘਰੋਂ ਸੀ ਪਰ ਫਿਰ ਵੀ ਕੋਈ ਵੀ ਉਦੋਂ ਬਾਅਦ ਖਬਰ ਨਹੀਂ ਆਈ ਅਸੀਂ ਵੀ ਅਸੀਂ ਵੀ ਉਹਨਾਂ ਚ ਹੀ ਆ ਪਰ ਅਸੀਂ ਕੋਈ ਕਮੈਂਟ ਨਹੀਂ ਕਰਦੇ ਆ ਕਿ ਕਿਸੇ ਤੇ ਵੀ ਕਿਸੇ ਦੀ ਪਰਸਨਲ ਲਾਈਫ ਤੇ ਕਮੈਂਟ ਨਹੀਂ ਕਰਦੇ ਅਸੀਂ ਸਿਰਫ ਤੁਸੀਂ ਵੀਡੀਓ ਕੋਈ ਆਂਦੀ ਆ ਤੁਸੀਂ ਦੇਖ ਲੈਨੇ ਹੋ ਇਹ ਵੀਡੀਓ ਅਸੀਂ ਸਿਰਫ ਤਾਂ ਹੀ ਲੋਡ ਕਰ ਰਹੇ ਹਾਂ ਕਿਉਂਕਿ ਬਹੁਤ ਬੁਰਾ ਲੱਗਿਆ ਕਿਸੇ ਦਾ ਘਰ ਟੁੱਟਿਆ ਜਾ ਰਿਹਾ ਤੇ ਲੋਕ ਬੈਠੇ ਤਮਾਸ਼ਾ ਬਣਾ ਰਹੇ ਆ ਉਸ ਚੀਜ਼ ਦਾ ਕਮੈਂਟ ਕਰ ਰਹੇ ਆ ਕੋਈ ਕਿਸੇ ਨੂੰ ਮਾੜਾ ਕਹਿ ਰਿਹਾ ਕੋਈ ਕਿਸੇ ਨੂੰ ਮਾੜਾ ਕਹਿ ਰਿਹਾ ਐਕਚੁਅਲ ਦੇ ਵਿੱਚ ਆਪਾਂ ਨੂੰ ਕਿਸੇ ਦਾ ਪਤਾ ਹੀ ਨਹੀਂ ਆ ਲਾਈਕ ਉਹਨਾਂ ਦੇ ਅੰਦਰ ਲੀਆਂ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਤਾਂ ਆਪਾਂ ਕੋਈ ਵੀ ਕਮੈਂਟ ਨਹੀਂ ਕਰ ਸਕਦੇ ਆਪਾਂ ਜਜਮੈਂਟ ਨਹੀਂ ਦੇ ਸਕਦੇ ਅਸੀਂ ਟਿਕਟੌਕ ਵੀ ਚਲਾਉਂਦੇ ਆ ਤੇ ਉਹਦੇ ਵਿੱਚ ਜੈਸੀ ਦੇਖਿਆ ਕਿ ਬਹੁਤ سارے ਲੋਕਾਂ ਨੇ ਤੁਹਾਡੀਆਂ ਵੀਡੀਓਜ਼ ਨੂੰ ਲੈ ਕੇ ਕਲਿੱਪਸ ਬਣਾ ਬਣਾ ਕੇ ਪਿੱਛੇ ਹਾਸੇ ਦੀ ਸਾਊਂਡ ਪਾ ਕੇ ਉਸ ਦਾ ਮਜ਼ਾਕ ਬਣਾਇਆ ਹੋਇਆ ਉਹ ਬਹੁਤ ਗੰਦਾ ਲੱਗਦਾ ਕਿ ਕਿਸੇ ਦਾ ਘਰ ਟੁੱਟਿਆ ਜਾ ਰਿਹਾ ਤੇ ਲੋਕ ਇੱਥੇ ਉਸ ਦਾ ਫਨ ਬਣਾ ਰਹੇ ਆ ਟਿਕਟੋਕ ਤੇ ਲਾਈਕਸ ਲੈਣ ਲਈ ਆ ਵਿਊਜ਼ ਲੈਣ ਲਈ ਉਹਨੂੰ ਤੋੜ ਮੋੜ ਕੇ ਪਾਇਆ ਜਾਂਦਾ ਤਾਂ ਤਾਂ ਹੀ ਅਸੀਂ ਕਹਿ ਰਹੇ ਆ ਕਿ ਸੋਸ਼ਲ ਮੀਡੀਆ ਤੇ ਘੱਟ ਤੋਂ ਘੱਟ ਆਓ ਤੁਹਾਨੂੰ ਕਿਸੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਜਨਨ ਕਿ ਮੈਂ ਪਹਿਲਾਂ ਕਹਿ ਚੁੱਕਿਆ ਨਹੀਂ ਤੁਹਾਨੂੰ ਸਫਾਈਆਂ ਦੇ ਕੇ ਸੋਸ਼ਲ ਮੀਡੀਆ ਤੇ ਕੁਝ ਮਿਲਣਾ ਤੁਸੀਂ ਦੋਨੇ ਪਰਿਵਾਰ ਆਪ ਦਾ ਬਹਿ ਕੇ ਮਸਲਾ ਸੁਲਝਾਓ ਤੇ ਅੱਗੇ ਆਪਦਾ ਫੈਮਲੀ ਦਾ ਜੋ ਵੀ ਤੁਹਾਡਾ ਡਿਸੀਜਨ ਹੋਊਗਾ ਉਹਨੂੰ ਆ ਆਪਦਾ ਦੇਖੋ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਬੈਸਟ ਵਿਸ਼ੇਸ ਨੇ ਕਿ ਅਸੀਂ ਇਹੀ ਚਾਹੁੰਦੇ ਆ ਕਿ ਤੁਸੀਂ ਇਕੱਠੇ ਰਹੋ ਆਪਦਾ ਪਹਿਲਾਂ ਵਾਂਗੂ ਤੁਸੀਂ ਇਕੱਠੇ ਹੋ ਜਾਈਏ ਪਰਿਵਾਰ ਆਪਦਾ ਸਿਕ ਰਹੋ ਸੋ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਫਿਨਿਸ਼ ਕਰਦੇ ਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਸਾਡਾ ਇਹ ਮੈਸੇਜ ਚੰਗਾ ਲੱਗਿਆ ਤਾਂ ਪਲੀਜ਼ ਇਹਨੂੰ ਸਾਡੇ ਮੈਸੇਜ ਨੂੰ ਅੰਬਰ ਤੱਕ ਤੇ ਦਿਲਪ੍ਰੀਤ ਤੱਕ ਜਰੂਰ ਪਹੁੰਚਾਇਓ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਹ ਵੀਡੀਓ ਅੰਬਰ ਤੱਕ ਤੇ ਦਿਲਪ੍ਰੀਤ ਤੱਕ ਜਾਵੇ ਸ਼ਾਇਦ ਆਮੀਨ ਅਸੀਂ ਕੁਝ ਵੀ ਨਹੀਂ ਆ ਸ਼ਾਇਦ ਸਾਡੀ ਗੱਲ ਉਹਨਾਂ ਨੂੰ ਚੰਗੀ ਲੱਗੇ ਤੇ ਉਹ ਉਸ ਚੀਜ਼ ਤੇ ਕਨਸਿਡਰ ਕਰਨ ਤੇ ਥੈਂਕ ਯੂ ਸੋ ਮਾਚ ਜੇ ਅਸੀਂ ਕੁਝ ਗਲਤ ਕਿਹਾ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੇ ਬਟ ਇਹ ਸਾਡੀ ਇਹ ਸਾਡੀ ਸੋਚਣੀ ਆ ਸੋ ਥੈਂਕ ਯੂ ਸੋ ਮਾਚ ਐਂਡ ਬੈਸਟ ਆਫ ਲੱਕ ਫ੍ਰॉम ਸਾਡੀ ਹੋਲ ਫੈਮਲੀ ਵੱਲੋਂ ਦਿਲਪ੍ਰੀਤ ਨੂੰ ਤੇ ਅੰਬਰ ਨੂੰ ਬੈਸਟ ਵਿਸ਼ੇਸ ਥੈਂਕ ਯੂ ਬਾਏ ਬਾਏ ਫॉर ਨਾਓ